किसान भरावो, अज दे इस वीडियो दे विच आपां गलबात करांगे PAU स्मार्ट सीडर मशीन दे बारे। ये जिहड़ी मशीन ऐसे साल पंजाब खेतीबाड़ी यूनिवर्सिटी लुधियाणा वालों झोने की पराली दे विच कणक की सीधी बिजाई दे लई सिफारिश की गई है। ये तुसी मूहरों जिहड़ी मशीन देखी है, इहदे विच मूहरे जिहड़ा सिस्टम है स्ट्रिप टिलेज रोटर जिसनों कहिंदे ने, जो कि एक पट्टी दे विच वाही करदा है। ते वाही हुई पट्टी दे विच मगरले पासे दो जिहड़े तवे ने सीधियां प्लेटां ने वो चलदियां ने, ते इन्हां दे विच बीज ते जिहड़ा खाद है उसनों उपरों ही सुट दिता जांदा है। ते मगरले पासे फरो जिहड़ा क्लोजिंग रोलर है उस दे नाल ये जिहड़ी खाली है उसनों बंद कर दिता जांदा है। किसान दोस्तों, इस समय तीन जिहड़ियां मशीनां ने दो प्रचलित ने, जिवें एक सुपर सीडर ते दूजे नंबर ते हैप्पी सीडर। वो जिहड़ियां मशीनां ने उहनां दे नाल आपां अज इस नूं कंपेयर करांगे ते दसांगे वी स्मार्ट सीडर दे विच दोनां मशीनां दे नालों की घट जां वध है जां की फर्क है। सुपर सीडर पूरी वाई दी मशीन है। दूजे पासे जे मैं गल करां हैप्पी सीडर दी, तां इहदे विच तुसीं देख सकदे हो कि मूहरे फलेल टाइप फाले लगे हुए हन जो कि पराली नूं कट्टण दा काम करदे ने, पर ये जिहड़ी मशीन है बिना उवाए जिहड़ी फालियां दे नाल कणक दी जिहड़ी बिजाई है वह करदी है। इस तों दूजे पासे इस तों उल्ट कह लो कि सुपर सीडर है जिस दे मूहरे एक रोटावेटर लग्या होया है जो कि खेत नूं वाहुंदा है। इस दे मगरले पासे एक होर प्रेस रोलर लग्या हुंदा है जो कि मिट्टी नूं समतल करदा है। इस तों बाद ਇਹਦੇ ਵਿੱਚ ਜਿਹੜੇ ਤਵੇ ਨੇ ਡਿਸਕਾਂ ਲੱਗੀਆਂ ਹੋਈਆਂ ਨੇ ਜਿੱਥੋਂ ਬੀਜ ਖਾਦ ਲਾਈਨਾਂ 'ਚ ਪਾਇਆ ਜਾਂਦਾ, ਅਤੇ ਮਗਰ ਫਿਰ ਇੱਕ ਹੋਰ ਜਿਹੜਾ ਰੋਲਾ ਹੈ ਉਹ ਲੱਗਿਆ ਹੋਇਆ ਹੈ। ਇਹ ਇਸ ਤਰ੍ਹਾਂ ਜਿਹੜੀ ਪੂਰੀ ਜਿਹੜੀ ਵਾਈ ਹੈ ਉਹ ਕਰਦੀ ਹੈ। ਅਤੇ ਜੇਕਰ ਮੈਂ ਸਮਾਰਟ ਸੀਡਰ ਦੀ ਗੱਲ ਕਰਾਂ ਤਾਂ ਇਹ ਜਿਹੜੀ ਮਸ਼ੀਨ ਹੈ ਇਹ ਸਿਰਫ ਇੱਕ ਪੱਟੀ 3 ਇੰਚ ਚੌੜੀ ਜਿਹੜੀ ਪੱਟੀ ਹੈ ਉਸ ਦੇ ਵਿੱਚ ਵਾਈ ਕਰਦੀ ਹੈ। ਮਗਰਲੇ ਪਾਸੇ ਜਿਹੜੇ ਤਵੇ ਲੱਗੇ ਹੋਏ ਹਨ ਉੱਥੋਂ ਬੀਜ ਅਤੇ ਖਾਦ ਸੁੱਟਿਆ ਜਾਂਦਾ ਹੈ, ਅਤੇ ਪਿਛਲੇ ਲੱਗੇ ਜਿਹੜੇ FCR ਰੋਲਰ ਨੇ ਉਹਨਾਂ ਦੀ ਮਦਦ ਦੇ ਨਾਲ ਇਸ ਨੂੰ ਮਿੱਟੀ ਜਿਹੜੀ ਹੈ ਖਾਲੀ ਜਿਹੜੀ ਹੈਗੀ ਹੈ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਜਿਹੜੀ ਮਸ਼ੀਨ ਹੈ ਜਿੱਥੇ ਸਾਨੂੰ ਵਾਈ ਦੀ ਲੋੜ ਹੈ ਉੱਥੇ ਵਾਈ ਕਰਦੀ ਹੈ, ਜਿੱਥੇ ਸਾਨੂੰ ਵਾਈ ਦੀ ਨਹੀਂ ਲੋੜ ਹੈਗੀ ਉੱਥੇ ਵਾਈ ਨਹੀਂ ਕਰਦੀ। ਮਤਲਬ ਦੋਨੇ ਸਿਆੜਾਂ ਦੇ ਵਿਚਾਲੇ ਜਿਹੜੀ ਜਗ੍ਹਾ ਹੈਗੀ ਹੈ ਉੱਥੇ ਜਿਹੜੀ ਪਰਾਲੀ ਹੈ ਉਹ ਉਂਝ ਹੀ ਰਹਿ ਜਾਂਦੀ ਹੈ। ਇਹ ਤੁਸੀਂ ਇੱਕ ਮਸ਼ੀਨ ਦਾ ਜਿਹੜਾ ਵਰਕਿੰਗ ਜਿਹੜਾ ਵੀਡੀਓ ਹੈ ਉਹ ਦੇਖ ਰਹੇ ਹੋ ਕਿ ਮਸ਼ੀਨ ਬੜੇ ਜਿਹੜਾ ਸੌਖਿਆਂ 47 ਤੋਂ ਜਿਹੜਾ 50 ਹਾਰਸ ਪਾਵਰ ਟਰੈਕਟਰ ਦੇ ਨਾਲ ਚੱਲ ਸਕਦੀ ਹੈ। ਟਰੈਕਟਰ ਦਾ ਤੋਰਾ ਦੇਖ ਲਓ, ਜਿਵੇਂ ਸੁਪਰ ਸੀਡਰ ਦੇ ਵਿੱਚ ਸਾਨੂੰ ਜਿਹੜਾ ਵੱਡਾ ਜਿਹੜਾ ਟਰੈਕਟਰ ਹੈ ਉਹ ਚਾਹੀਦਾ, ABC ਗੇਅਰ ਵਾਲਾ ਚਾਹੀਦਾ। ਇਹਦੇ ਵਿੱਚ ਜਿਹੜਾ ਤੋਰਾ ਹੈ ਉਹ ਚੰਗਾ ਹੈ ਅਤੇ ਘੰਟੇ ਦੇ ਵਿੱਚ ਬੜੀ ਆਸਾਨੀ ਦੇ ਨਾਲ ਇੱਕ ਜਿਹੜਾ ਏਕੜ ਹੈ ਉਸ ਦੀ ਜਿਹੜੀ ਇਹ ਮਸ਼ੀਨ ਹੈ ਬਿਜਾਈ ਕਰ ਸਕਦੀ ਹੈ। ਹੈਪੀ ਸੀਡਰ ਦੇ ਵਿੱਚ ਕੁਛ ਜਿਹੜੇ ਕਿਸਾਨ ਨੇ ਉਹ ਇਹੀ ਉਹਨਾਂ ਦੇ ਮਨ ਦੇ ਵਿੱਚ ਵਹਿਮ ਸੀ ਕਿ ਵਾਈ ਦੀ ਜਿਹੜੀ ਹੈਗੀ ਹੈ ਉਹ ਲੋੜ ਹੈਗੀ ਹੈ, ਤਾਂ ਇਹ ਜਿਹੜੀ ਮਸ਼ੀਨ ਹੈ ਹੈਪੀ ਸੀਡਰ ਨਾਲੋਂ ਸਿਰਫ ਉੱਥੇ ਹੀ ਫਰਕ ਹੈ ਕਿ ਉਹ ਬਿਨਾਂ ਵਾਈ ਦੀ ਮਸ਼ੀਨ ਹੈ, ਇੱਥੇ ਵਾਈ ਹੈਗੀ ਹੈ, ਜਿਸ ਦੇ ਕਰਕੇ ਜਿਹੜੀ ਇਨੀਸ਼ੀਅਲ ਜਿਹੜੀ ਜਰਮੀਨੇਸ਼ਨ ਹੈ ਜਾਂ ਫਟਾਰਾ ਹੈਗਾ ਕਣਕ ਦਾ ਉਹ ਬਹੁਤ ਵਧੀਆ ਅਤੇ ਬਹੁਤ ਛੇਤੀ ਹੋ ਜਾਂਦਾ ਹੈ। ਦੂਜਾ, ਇਹ ਜਿਹੜੀ ਮਸ਼ੀਨ ਹੈ ਉੱਚੀ ਨੀਵੀਂ ਜਿਹੜੀ ਜਗ੍ਹਾ ਹੈਗੀ ਆ ਉਹਦੇ ਵਿੱਚ ਵੀ ਵੱਧ ਗਿੱਲੇ ਖੇਤ ਦੇ ਵਿੱਚ ਵੀ ਸੌਖਿਆਂ ਚੱਲ ਜਾਂਦੀ ਹੈ, ਜਿੱਥੇ ਸਾਨੂੰ ਹੋਰ ਜਿਹੜੀਆਂ ਪਰਾਲੀ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਵਿੱਚ ਰੁਕਾਵਟ ਆਉਂਦੀ ਹੈ। ਇਹ ਜਿਹੜੀ ਮਸ਼ੀਨ ਹੈ ਤੁਸੀਂ ਇਹ ਕਹਿ ਲਓ ਵੀ ਰੋਟੋ ਸੀਡਰ ਸੁਪਰ ਸੀਡਰ ਹੈਪੀ ਸੀਡਰ ਦੇ ਨੇੜੇ ਤੇੜੇ ਦਾ ਜਿਹੜਾ ਸਿਸਟਮ ਹੈ। ਪਿਛਲੇ ਸਾਲ 200 ਏਕੜ ਦੇ ਉੱਤੇ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ। ਆਹ ਤੁਸੀਂ 20-21 ਦਿਨਾਂ ਬਾਅਦ ਜਿਹੜੀ ਕਣਕ ਦੇ ਜਿਹੜੇ ਖੇਤ ਹੈ ਉਹ ਦੇਖ ਰਹੇ ਹੋ, ਬਹੁਤ ਹੀ ਸੋਹਣਾ ਜਿਹੜਾ ਜਰਮੀਨੇਸ਼ਨ ਹੈ। ਜਿਸ ਤਰ੍ਹਾਂ ਵਾਹ ਕੇ ਖੇਤ ਹੁੰਦਾ ਉਵੇਂ ਹੀ ਇਹ ਜਿਹੜੀ ਮਸ਼ੀਨ ਹੈ ਇਹ 45 ਦੇ ਤੁਸੀਂ ਪਰਾਲ ਦੇਖ ਸਕਦੇ ਹੋ, ਬਹੁਤ ਹੀ ਸੰਘਣੇ ਪਰਾਲ ਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਇਹਦੀ ਜਰਮੀਨੇਸ਼ਨ ਹੈ। ਕਿਸਾਨ ਭਰਾਵੋ, ਇਹ ਜਿਹੜੀਆਂ ਮਸ਼ੀਨਾਂ ਨੇ ਬਹੁਤ ਘੱਟ ਨੇ ਇਸ ਸਮੇਂ ਪੰਜਾਬ ਦੇ ਵਿੱਚ, ਅਤੇ ਤੁਸੀਂ ਜੇਕਰ ਇਹ ਮਸ਼ੀਨ ਦੇ ਨਾਲ ਕੋਈ ਤਜਰਬਾ ਕਰਨਾ
ਤਾਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਸਾਨੂੰ ਚੈਨਲ ਦੇ ਉੱਤੇ ਵੀ ਜਿਹੜਾ ਹੈਗਾ ਉਹ ਸੰਪਰਕ ਕਰ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਇਹ ਜਿਹੜਾ ਸਾਡੇ ਨਾਲ ਜੁੜੇ ਰਹੋ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।